जिला गुरदासपुर के शहर बटाला का मामला देर रात उस समय सामने आया जब बटाला ट्रैफिक पुलिस मिशन ब्लू स्टार के लिए बटाला में हर राहगीरों को रोक कर उनके दस्तावेज और जांच कर रही थी। उसी समय एक निहंग आ गया। पुलिस ने कागजात के बारे में पूछा तो उसके पास ड्राइविंग लाइसेंस नहीं मिला और उसका चालान कट गया, जिसके बाद निहंग सिंह बटाला के गांधी चौक पर धरने की तैयारी करने लगा, जिसके बाद पुलिस मौके पर पहुंची। उन्होंने नियमों को समझा और धरना समाप्त किया, लेकिन ये लंबे समय तक चला और आम जनता इससे काफी प्रभावित हुई। आए बाबा जी, दो जने आए ते इन्हों ने साडा जेड़ा मोटरसाइकिल हाथ को पहला इन्होंने लवाया, अभी मोटरसाइकिल लाता सानू कहिंदे वी आरसी अहीं देती, जिहड़े साडे को कागजा कहीं देते, कहिंदे लसंस मैं लसंस साडे को दलबंद दा वा, आप बकायदा थानेदार साहब खोते इन्हां नू पुछ लो, अहीं इन्हां नू देता, क्योंकि लसंस दलबंद दा साडे को हुंदा वा, होर साडे कोई लसंस नहीं हुंदा, दलबंदी खुद घोड़े दी फौज आ, लसंस अहीं की करने आ, इन्हां नू ही दस्सिया ते मोटरसाइकिल अहीं चलाउणे। निहंगा सिंह दा ऑल इंडिया विच कदे वी किसे पुलिस वाले मुलाजम नहीं घेड़िया, क्योंकि निहंग सिंह जिहड़ी फौज चक्करवर्ती फौज आ, गुरु नानक देव महाराज चक्करवर्ती रहे आ, गुरु गोबिंद सिंह महाराज चक्करवर्ती रहे आ, इस करके निहंगा सिंघां दा कोई कोई चलान नहीं कर सकता, कोई कानून इन्हां नूं रोक टोक नहीं कर सकता, कानून हैगा वा, ठीक है, सरकार हैगी आ, इह गुरु गोबिंद सिंह महाराज दी सरकार आ, जे गुरु गोबिंद सिंह महाराज दी सरकार आई आ ते इह सरकार आई आ ना। ਅਸੀਂ ਦੋ ਜਾਣੇ ਸੀਗੇ ਸਿਰਫ, ਤੇ ਮੈਂ ਇਹਨਾਂ ਨੂੰ ਪਿਆਰ ਨਾਲ ਕਿਹਾ ਵੀ ਤੇ ਬਾਬਾ ਜੀ ਇਹਨਾਂ ਨੇ ਅੱਗੋਂ ਬਾਣੇ ਦੀ ਟਿੱਪਣੀ ਕੀਤੀ, ਸਾਨੂੰ ਕਹਿੰਦੇ ਅੰਮ੍ਰਿਤ ਇਹ ਵੀ ਛਕਿਆ, ਬਾਬਾ ਜੀ ਇਹਨਾਂ ਦਾ ਅੰਮ੍ਰਿਤ ਪਜਾਮੀ ਵਾਲਾ ਛਕਿਆ, ਇਹ ਨਿਹੰਗ ਸਿੰਘ ਫੌਜ ਦੇ ਤਿਆਰ ਪਰ ਤਿਆਰ। ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਦੇ ਵਿੱਚ ਲਾਇਸੈਂਸ ਬਹੁਤ ਹੀ ਜ਼ਰੂਰੀ ਆ, ਕੋਈ ਵੀ ਸ਼ਖਸ ਹੋਵੇ। ਅਸੀਂ ਇਹਨਾਂ ਨੂੰ ਇਹ ਵੀ ਗੱਲ ਕਹੀ, ਮੈਂ ਕਿਹਾ ਠੀਕ ਹੈ ਜੀ ਸਾਨੂੰ ਪਤਾ ਨਹੀਂ ਦਲਪੰਥ ਦੀ ਫੌਜ ਅਸੀਂ ਆਏ ਆ, ਅੱਜ ਤੋਂ ਬਣਾ ਲਵਾਂਗੇ, ਇਹਨੇ ਵਿੱਚ ਤੇ ਅਸੀਂ ਅਸੀਂ ਤੇ ਇਹਨਾਂ ਦੀ ਸ਼ਰਧਾ ਮੰਨਦੇ ਹਾਂ ਨਾ, ਚਲੋ ਬਣਾ ਲਵਾਂਗੇ, ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ, ਇਹਨਾਂ ਨੇ ਚਲਾਨ ਕੱਟ ਕੇ ਸਾਡੇ ਹੱਥ ਦੇਤਾ, ਇਹਦਾ ਕੰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਪੂਰੇ ਵਰਲਡ ਨੂੰ ਪੂਰੇ ਹਿੰਦੁਸਤਾਨ ਨੂੰ ਪਤਾ ਨਿਹੰਗ ਸਿੰਘ ਚੱਕਰਵਰਤੀ ਫੌਜ ਚੱਲਦਾ ਵੀ ਰਿਹਾ, ਪੰਜਵਾਂ ਤੱਕ ਤੋਂ ਬੁੱਢਾ ਦਾ ਲਿਆ ਸਾਡੇ ਕੋਲ, ਇਹਨਾਂ ਨੂੰ ਇਹ ਜਿਹੜਾ ਕੰਮ ਸੀ ਉਹ ਨਹੀਂ ਕਰਨਾ ਚਾਹੀਦਾ, ਬੇਸ਼ੱਕ ਇਹ ਸਰਾਸਰ ਧੱਕਾਵਾ, ਇਹ ਨਾ ਗੱਲ ਕੀਤੀ ਪ੍ਰਸ਼ਾਸਨ ਨਾਲ ਕੀ ਕਹਿੰਦੇ ਆ, ਅਸੀਂ ਬੈਠੇ ਹਾਂ ਇੱਥੇ ਪ੍ਰਸ਼ਾਸਨ ਨਾਲ ਕਿਹੜੇ ਨਾਲ ਗੱਲ ਕਰੀਏ, ਇਹ ਆਏ ਨੇ ਹੁਣ ਆਏ ਨੇ, ਇਹਨਾਂ ਨੂੰ ਅਸੀਂ ਬੁਲਾਇਆ, ਇਹ ਕਹਾਂ ਬੁਲਾਓ ਜਿਨ੍ਹਾਂ ਨੇ ਚਲਾਨ ਕੱਟਿਆ, ਸਾਡੇ ਜੈਰੀ ਸਾਹਿਬ ਨੂੰ ਆਉਂਦੇ ਉਹਨਾਂ ਕੋਲ ਕੋਈ ਗੱਲਬਾਤ ਤੁਹਾਡੇ ਕੋਲ? ਭਾਨ ਸਿੰਘ ਆ ਮੇਰਾ ਨਾਮ। ਕਿੱਥੋਂ ਆਏ ਹੋ? ਅਸੀਂ ਕੋਟਲੀ ਭਾਨ ਸਿੰਘ ਤੋਂ ਆਏ ਹਾਂ। ਤੁਹਾਡੇ ਕੀ ਲੱਗਦੇ ਨੇ? ਕੌਣ ਇਹ? ਮੇਰੇ ਬੱਚੇ ਨੇ। ਅੱਛਾ, ਕੀ ਗੱਲ ਹੋਈ ਸਾਰੀ? ਗੱਲ ਹੋਈ ਆ ਵੀ ਇੱਥੋਂ ਅੱਜ ਐਸਐਚਓ ਕੋਲ ਅਸੀਂ ਮੋਟਰਸਾਈਕਲ ਛਡਾ ਕੇ ਜੇ ਹੁਣੇ ਖੜਿਆ ਕੁਲਵੰਤ ਸਿੰਘ ਕੋਲ, ਤੇ ਇਹਨਾਂ ਨੇ ਗੱਲ ਕੀਤੀ ਆ ਵੀ ਇੱਥੇ ਮੁੰਡੇ ਨੂੰ ਚਾਬੀ ਗਵਾਚ ਗਈ, ਕੁਲਵੰਤ ਸਿੰਘ ਆਂਦਾ ਜੇ ਤੁਸੀਂ ਚਾਬੀ ਨਵੀਂ ਪਵਾ ਲਓ, ਤੇ ਅਸੀਂ ਮੁੰਡਿਆਂ ਨੂੰ ਮੈਂ ਭੇਜਾਂ, ਮੈਂ ਜਾ ਚਾਬੀ ਨਵੀਂ ਪਵਾ ਲਓ, ਜੇ ਉਹਨਾਂ ਕੋਲ ਗਵਾਚ ਗਈ ਆ ਤਾਂ ਕੋਈ ਗੱਲ ਨਹੀਂ ਜੀ, ਅਸੀਂ ਪੈਸੇ ਦੇ ਕੇ ਅਸੀਂ ਚਾਬੀ ਮੁੰਡਾ ਪਵਾਉਣਾ, ਇੱਥੇ ਆ ਕੇ ਮੁੰਡੇ ਸਾਡੇ ਆਏ ਆ ਤੇ ਇਹਨਾਂ ਨੇ ਆ ਕੇ ਚਲਾਨ ਕਰਤਾ। ਨਹੀਂ ਬਣਦਾ, ਨਿਹੰਗ ਸਿੰਘ ਦਾ ਬਣਦਾ ਨੀ। ਬਾਕੀ ਇਹ ਗੱਲ ਹੈ, ਜਿੰਨਾ ਚਿਰ ਸਾਡਾ ਐਮਐਲਏ ਨਹੀਂ ਆਉਂਦਾ ਉਹਨਾਂ ਚਿਰ ਸਾਡਾ ਕੋਈ ਫੈਸਲਾ ਨਹੀਂ। ਹਾਂਜੀ, ਹਾਂਜੀ, ਪਰ ਨਿਹੰਗਾ ਸਿੰਘਾਂ ਤੋਂ ਵਿੱਚੋਂ ਹੈਗਾ ਨੀ ਨਾ, ਨਿਹੰਗ ਸਿੰਘ ਸਾਡੇ ਕੋਲ ਲਾਇਸੈਂਸ ਬਣਿਆ ਪਿਆ। ਹਾਂਜੀ, ਲਾਇਸੈਂਸ ਸਾਡੇ ਕੋਲ ਹੈਗਾ, ਮੁਲਾਜ਼ਮਾਂ ਨੇ ਨਾਕਾ ਲਾਇਆ ਸੀ ਜੀ, ਵਹੀਕਲ ਚੈਕਿੰਗ ਹੋ ਰਹੀ ਸੀ ਘੱਲੂ ਘਰੇ ਕਰਕੇ ਜੀ, ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਨੂੰ ਦੋਵਾਂ ਨੂੰ ਡੱਕਿਆ ਜੀ ਉਹਨਾਂ ਨੇ, ਇਹਨਾਂ ਨੂੰ ਕਿਹਾ ਡਾਕੂਮੈਂਟ ਦਿਖਾਓ, ਇਹਨਾਂ ਦੇ ਕੋਲ ਡਾਕੂਮੈਂਟ ਆਰ ਸੀ ਸੀ ਕੱਲੀ, ਨਾ ਕੋਈ ਇੰਸ਼ੋਰੈਂਸ ਸੀ ਨਾ ਪੋਲੂਸ਼ਨ, ਇਹਨਾਂ ਕੋਲ ਲਾਇਸੈਂਸ ਮੰਗਿਆ ਵੀ ਲਾਇਸੈਂਸ ਦਿਖਾਓ ਆਪਣਾ ਡਰਾਈਵਿੰਗ ਲਾਇਸੈਂਸ, ਉਹ ਇਹਨਾਂ ਕੋਲ ਕਹਿੰਦੇ ਵੀ ਸਾਡੇ ਕੋਲ ਹੈ ਨਹੀਂ ਆ, ਸਾਡੇ ਕੋਲ ਨਿਹੰਗ ਸਿੰਘਾਂ ਦਾ ਹੁੰਦਾ ਆ, ਅਸੀਂ ਲਾਇਸੈਂਸ ਨਹੀਂ ਰੱਖਦੇ। ਉਹ ਫਿਰ ਮੁਲਾਜ਼ਮਾਂ ਨੇ ਇਹਨਾਂ ਦਾ ਜਿਨ੍ਹਾਂ ਨੇ ਨਾਕਾ ਮੁੰਡਿਆਂ ਨੇ ਲਾਇਆ ਸੀ ਪੀ ਸੀ ਆਰ ਦੇ, ਉਹਨਾਂ ਨੇ ਇਹਨਾਂ ਦਾ ਚਲਾਨ ਕਰਤਾ ਜੀ ਲਾਇਸੈਂਸ ਦਾ, ਉਹ ਜੋ ਕਾਨੂੰਨੀ ਤੌਰ 'ਤੇ ਜਿਹੜਾ ਸਹੀ ਆ, ਜਦੋਂ ਲਾਇਸੈਂਸ ਨਹੀਂ ਆ, ਲਾਇਸੈਂਸ ਜ਼ਰੂਰੀ ਆ, ਲਾਇਸੈਂਸ ਦਾ ਚਲਾਨ ਕੀਤਾ ਜੀ ਇਹਨਾਂ ਦਾ। ਇੱਕ ਗੱਲ ਕੋਈ ਕਹਿਣ ਡੇ ਆ ਵੀ 2000 ਰੁਪਇਆ ਹੀ ਦੇ ਕੇ ਆਏ ਮੁੰਸ਼ੀ ਨੂੰ, ਉਹਦੇ ਬਾਰੇ ਨਹੀਂ ਸਾਨੂੰ ਪਤਾ ਜੀ, ਸਾਡਾ ਅਜੇ ਹੁਣ ਸਾਡਾ ਥਾਣੇ ਵਾਲਿਆਂ ਨਾਲ ਕੋਈ ਲਿੰਕ ਨਹੀਂ, ਸਾਡਾ ਪੀ ਸੀ ਆਰ ਦਾ ਜਿਹੜਾ ਇਹ ਵੱਖਰਾ ਹੈ ਜੀ, ਪੀ ਸੀ ਆਰ ਵੱਖਰੀ ਹੁੰਦੀ ਆ, ਉਹਦਾ ਥਾਣੇ ਨਾਲ ਕੋਈ ਲਿੰਕ ਨਹੀਂ।